ਕਿਸ ਤਰ੍ਹਾਂ ਬਣੀ ਹੈ। ਸੋ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਫ਼ ਇਨਕਾਰ ਦਿੱਤਾ ਕਰ ਦਿੱਤਾ ਵੀ ਇਹ ਸ੍ਰਿਸ਼ਟੀ ਮੈਨੂੰ ਨੀ ਪਤਾ ਕਿਸ ਤਰ੍ਹਾਂ ਬਣੀ ਹੈ, ਇਹ ਅਕਾਲ ਪੁਰਖ ਨੇ ਆਪ ਇਹ ਰਚਨਾ ਸਾਜੀ, ਆਪੇ ਨੇ ਆਪ ਸਾਜਿਓ, ਆਪੇ ਨੇ ਰਚਿਓ ਨਾਓ, ਇਹਦਾ ਮੈਨੂੰ ਨੀ ਪਤਾ ਕਿਸ ਤਰ੍ਹਾਂ ਇਹਨੇ ਰਚੀ ਹੈ। ਅਗਰ ਚੰਗਾ ਫਿਰ ਉਹ ਹੁਣ ਜਿਹੜਾ ਸਵਾਲ ਕਰਨ ਵਾਲਾ ਜਿਹੜਾ ਕਹਿੰਦਾ ਵੀ ਚੰਗਾ ਤੁਸੀਂ ਇਹ ਦੱਸੋ ਬਈ ਸ੍ਰਿਸ਼ਟੀ ਤੋਂ ਪਹਿਲਾਂ ਕਿਸ ਤਰ੍ਹਾਂ ਦਾ ਇਤਿਹਾਸ ਸੀ, ਉਦੋਂ ਬਾਰੇ ਕੁਛ ਦੱਸ ਦਿਓ। ਤਾਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਹਾਂ ਆਹ ਗੱਲ ਮੇਰੇ ਕੋਲ ਪੁੱਛ, ਇਹਦਾ ਮੈਂ ਤੈਨੂੰ ਜਵਾਬ ਦਿਆਂਗਾ ਬਈ ਸ੍ਰਿਸ਼ਟੀ ਰਚਣ ਤੋਂ ਪਹਿਲਾਂ ਕੀ ਸੰਸਾਰ ਵਿੱਚ ਹੁੰਦਾ ਸੀ, ਕਿਸ ਤਰ੍ਹਾਂ ਦਾ ਮਾਹੌਲ ਸੀ, ਕਿਸ ਤਰ੍ਹਾਂ ਦਾ ਸਿਸਟਮ ਸੀ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਪਣੀ ਗੁਰਬਾਣੀ ਜਪਜੀ ਸਾਹਿਬ ਵਿੱਚ ਇੱਕ ਪ੍ਰਮਾਣ ਕਰਦੇ ਨੇ, ਏਕਾ ਮਾਈ ਜਗਤ ਵਿਆਈ, ਤਿੰਨ ਚੇਲੇ ਪਰਵਾਨ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਹੁਣ ਸ਼ੰਕਾਵਾਦੀ ਨੂੰ ਦੱਸਣ ਲੱਗੇ ਨੇ ਵੀ ਜਦੋਂ ਸ੍ਰਿਸ਼ਟੀ ਨਹੀਂ ਸੀ ਬਣੀ ਉਸ ਤੋਂ ਪਹਿਲਾਂ ਕੈਸਾ ਸੀ ਮਾਹੌਲ ਸੰਸਾਰ ਦਾ। ਕਹਿੰਦੇ ਨੇ ਏਕਾ ਮਾਈ ਜਗਤ ਵਿਆਈ, ਏਕਾ ਤੋਂ ਭਾਵ ਦੱਸਿਆ ਵੀ ਈਸ਼ਵਰ ਤੇ ਮਾਈ ਦਾ ਭਾਵ ਦੱਸਿਆ ਵੀ ਮਾਇਆ, ਇਹ ਦੋ ਚੀਜ਼ਾਂ ਜਦੋਂ ਰਲੀਆਂ ਨੇ ਏਕਾ ਮਾਈ ਭਾਵ ਈਸ਼ਵਰ ਤੇ ਮਾਇਆ ਜਦੋਂ ਰਲੇ ਨੇ ਤੇ ਫਿਰ ਮਾਇਆ ਪ੍ਰਸੂਤ ਹੋਈ ਹੈ ਤੇ ਫਿਰ ਤਿੰਨ ਗੁਣਾਂ ਨੂੰ ਉਹਨੇ ਜਨਮ ਦਿੱਤਾ ਹੈ। ਕਿਹੜੇ ਕਿਹੜੇ ਸਨ ਤਿੰਨ ਗੁਣ? ਇੱਕ ਰਜੋ ਗੁਣ ਸਨ, ਇੱਕ ਤਮੋ ਗੁਣ ਸੀ ਤੇ ਇੱਕ ਸਤੋ ਗੁਣ ਸੀ। ਇਹ ਤਿੰਨ ਗੁਣ ਜਦੋਂ ਮਾਇਆ ਪ੍ਰਸੂਤ ਹੋਈ ਹੈ ਤੇ ਫਿਰ ਤਿੰਨ ਗੁਣ ਸਾਹਮਣੇ ਆਏ ਨੇ, ਇਹਨਾਂ ਦਾ ਫਿਰ ਉੱਥੇ ਅਵਿਸ਼ਕਾਰ ਹੋਇਆ, ਜਨਮ ਹੋਇਆ, ਇਹਨਾਂ ਦੇ ਨਾਲ ਹੀ ਉਹਨਾਂ ਤਿੰਨ ਦੇਵਤਿਆਂ ਦਾ ਵੀ ਫਿਰ ਜਨਮ ਹੋਇਆ ਨਾਲ ਹੀ। ਕਿਹੜੇ ਕਿਹੜੇ ਦੇਵਤੇ ਸਨ? ਜਿਹੜੇ ਰਜੋ ਗੁਣ ਦੇ ਦੇਵਤੇ ਸਨ ਉਹ ਬ੍ਰਹਮਾ ਜੀ ਸਨ, ਤੇ ਸਤੋ ਗੁਣ ਦੇ ਜਿਹੜੇ ਦੇਵਤੇ ਸਨ ਉਹ ਵਿਸ਼ਨੂੰ ਜੀ ਸਨ, ਤੇ ਤਮੋ ਗੁਣ ਦੇ ਜਿਹੜੇ ਦੇਵਤੇ ਸਨ ਉਹ ਸ਼ਿਵ ਜੀ ਜੀ ਸਨ। ਇਹ ਤਿੰਨ ਆਲਾ ਅਫਸਰ ਦੁਨੀਆਂ ਦੇ ਜਿਹੜੇ ਨੇ ਉਹ ਸੰਸਾਰ ਦੇ ਵਿੱਚ ਫਿਰ ਖੜੇ ਹੋਏ ਨੇ ਆਣ ਕੇ ਈਸ਼ਵਰ ਤੇ ਮਾਇਆ ਦੇ ਜਦੋਂ ਆਪਸ ਚ ਰਲੇ ਨੇ ਪ੍ਰਸੂਤ ਕੀਤਾ, ਇਹਨਾਂ ਨੂੰ ਅਸੀਂ ਈਸ਼ਵਰ ਤੇ ਮਾਇਆ ਦੇ ਪੁੱਤਰ ਵੀ ਕਹਿ ਸਕਦੇ ਹਾਂ ਕਿਉਂਕਿ ਉਹਨਾਂ ਦੇ ਨਾਲ ਇਹਨਾਂ ਦਾ ਜਨਮ ਹੋਇਆ। ਜਦੋਂ ਬ੍ਰਹਮਾ ਤੇ ਵਿਸ਼ਨੂੰ ਤੇ ਸ਼ਿਵ ਜੀ ਇਸ ਸੰਸਾਰ ਵਿੱਚ ਆਏ, ਹੁਣ ਸੰਸਾਰ ਦੀ ਰਚਨਾ ਦੱਸਣ ਲੱਗੇ ਨੇ ਵੀ ਕਿੱਥੋਂ ਕਿੱਥੋਂ ਕਿਸ ਤਰ੍ਹਾਂ ਸ਼ੁਰੂ ਹੋਈ ਹੈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੱਸ ਰਹੇ ਨੇ ਇਹ ਜਦੋਂ ਸੰਸਾਰ ਦੇ ਆਲਾ ਅਫਸਰ ਖੜੇ ਹੋ ਗਏ ਨੇ ਸੰਸਾਰ ਦੇ ਵਿੱਚ ਤੇ ਫਿਰ ਇਹਨਾਂ ਨੇ ਆਪੋ ਆਪਣੀਆਂ ਡਿਊਟੀਆਂ ਫਿਰ ਸੰਭਾਲਣੀਆਂ ਸ਼ੁਰੂ ਕੀਤੀਆਂ ਨੇ। ਕਿਹੜੀਆਂ ਕਿਹੜੀਆਂ ਡਿਊਟੀਆਂ ਸਨ ਇਹਨਾਂ ਤਿੰਨਾਂ ਦੀਆਂ? ਬ੍ਰਹਮਾ ਜੀ ਨੇ ਉਤਪਤੀ ਦੀ ਡਿਊਟੀ ਸੰਭਾਲੀ, ਪਾਪ ਜੀਵ ਜੰਤੂ ਜਿਤਨੇ ਵੀ ਉਤਪਜ ਕਰਨੇ ਸਨ ਸੰਸਾਰ ਦੇ ਵਾਸਤੇ ਉਤਪਤੀ ਵਾਸਤੇ ਬ੍ਰਹਮਾ ਜੀ ਨੇ ਇਹਨਾਂ ਦੀ ਫਿਰ ਡਿਊਟੀ ਸੰਭਾਲੀ ਹੈ, ਤੇ ਵਿਸ਼ਨੂੰ ਜੀ ਨੇ ਇਹਨਾਂ ਦੇ ਰੋਜੀ ਤੇ ਰਿਜਕ ਦਾ ਭਾਰ ਜਿਹੜਾ ਉਹ ਜ਼ਿੰਮੇਵਾਰੀ ਲਈ ਹੈ, ਤੇ ਸ਼ਿਵ ਜੀ ਜਿਹੜੇ ਸਨ ਉਹਨਾਂ ਨੇ ਲੈ ਕਰਨ ਵਾਸਤੇ ਨਸ਼ਟ ਕਰਨ ਵਾਸਤੇ ਇਹਨਾਂ ਦੀ ਡਿਊਟੀ ਲਈ ਹੈ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ, ਇਹ ਜਿਹੜੇ ਤਿੰਨ ਚੇਲੇ ਬਣਾਏ ਨੇ ਬ੍ਰਹਮਾ ਜੀ ਵਿਸ਼ਨੂੰ ਜੀ ਤੇ ਸ਼ਿਵ ਜੀ ਜੀ ਇਹਨਾਂ ਤੋਂ ਸੰਸਾਰ ਦੀ ਫਿਰ ਉਹਨਾਂ ਅੱਗੇ ਰਚਨਾ ਕਰਨ ਲੱਗੇ ਨੇ। ਕਿਸ ਤਰ੍ਹਾਂ ਕਰਦੇ ਨੇ? ਇੱਕ ਸੰਸਾਰੀ ਇੱਕ ਭੰਡਾਰੀ ਬਣਾ ਦਿੱਤਾ, ਇੱਕ ਨੂੰ ਭੰਡਾਰ
ਭਿਖਾਰੀ ਬਣਾ ਦਿੱਤਾ ਤੇ ਇੱਕ ਲਾਏ ਦੀ ਬਾਣ ਭਾਵ ਬ੍ਰਹਮਾ ਜੀ ਨੂੰ ਸੰਸਾਰੀ ਬਣਾ ਦਿੱਤਾ ਤੇ ਵਿਸ਼ਨੂੰ ਜੀ ਨੂੰ ਭੰਡਾਰੀ ਬਣਾ ਦਿੱਤਾ ਕਿਉਂਕਿ ਇਹਨਾਂ ਕੋਲ ਰਿਜਕ ਦੇ ਭੰਡਾਰ ਸਨ ਸਾਰੇ ਬ੍ਰਹਮਾ ਜੀ ਕੋਲ ਉਤਪਜ ਦੇ ਸਾਰੇ ਭੰਡਾਰ ਸਨ ਤੇ ਇੱਕ ਲਾਏ ਦੀ ਬਾਣ ਸ਼ਿਵ ਜੀ ਹੁਣ ਲਾਏ ਦੀ ਬਾਣ ਦਾ ਭਾਵ ਹੈ ਲੈ ਕਰਨ ਵਾਲੀ ਬਾਣ ਇਹਨਾਂ ਦੇ ਕੋਲ ਸੀ ਭਾਵ ਲੈ ਕਰ ਦੇਣਾ ਨਸ਼ਟ ਕਰ ਦੇਣਾ ਇਹਨਾਂ ਦੇ ਕੋਲ ਸਾਰੇ ਜ਼ਿੰਮੇਵਾਰੀਆਂ ਸਨ ਸ਼ਕਤੀਆਂ ਸਨ ਇਹਨਾਂ ਦਾ ਜਦੋਂ ਵੀ ਦਿਲ ਕਰੇ ਉਹ ਨਸ਼ਟ ਕਰ ਸਕਦੇ ਸਨ ਇਸ ਤਰ੍ਹਾਂ ਇਹਨਾਂ ਤਿੰਨਾਂ ਜਾਣਿਆਂ ਨੇ ਆਪੋ ਆਪਣੀ ਡਿਊਟੀ ਸੰਭਾਲੀ ਸੰਸਾਰ ਦੀ ਇਸ ਆਣ ਕੇ ਜਦੋਂ ਸ੍ਰਿਸ਼ਟੀ ਦੇ ਰਚਨ ਕਰਤਾ ਇਹਨੂੰ ਚਲਾਉਣ ਲੱਗੇ ਨੇ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਰ ਹੁਣ ਇੰਨੀਆਂ ਇਹਨਾਂ ਦੀਆਂ ਜ਼ਿੰਮੇਵਾਰੀਆਂ ਸਨ ਐਡਾ ਵੱਡਾ ਅਫਸਰ ਜਦੋਂ ਹੁੰਦਾ ਉਹਦੇ ਕੋਲ ਐਡੀਆਂ ਐਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਕਿ ਉਹ ਆਪਣੇ ਆਪ ਕਈ ਕੰਮ ਕਰ ਸਕਦਾ ਕਿਉਂਕਿ ਉਹਦਾ ਬੜਾ ਵੱਡਾ ਮਿਲਿਆ ਹੁੰਦਾ ਕਿਉਂਕਿ ਕੰਟਰੋਲ ਜਿਹੜਾ ਇਹਨਾਂ ਦੇ ਹੱਥ ਸੀ ਤਿੰਨਾਂ ਦੇ ਇਹਨਾਂ ਦੇ ਉੱਪਰ ਕਿਸੇ ਦਾ ਕੰਟਰੋਲ ਨਹੀਂ ਉਸ ਟਾਈਮ ਵੇਖਿਆ ਗਿਆ ਸਾਰਾ ਕੰਟਰੋਲ ਇਹਨਾਂ ਤਿੰਨਾਂ ਦੇ ਹੱਥ ਸੀ ਤਾਂ ਫਿਰ ਇਹ ਆਪੋ ਆਪਣੀਆਂ ਮਰਜ਼ੀਆਂ ਕਰ ਸਕਦੇ ਸਨ ਜੋ ਮਰਜ਼ੀ ਕਰ ਸਕਦੇ ਸਨ ਪਰ ਨਹੀਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਉਂਦੇ ਨੇ ਕਹਿੰਦੇ ਨੇ ਇਹਨਾਂ ਨੂੰ ਕਿਸੇ ਚੀਜ਼ ਦਾ ਪਤਾ ਨਹੀਂ ਸੀ ਵੀ ਕੱਲ ਨੂੰ ਅਸਾਂ ਕੀ ਕਰਨਾ ਬਸ ਇਹਨਾਂ ਕਿ ਜਿੰਨੀ ਕਿ ਇਹਨਾਂ ਦੀ ਜ਼ਿੰਮੇਵਾਰੀ ਲਾਈ ਸੀ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਇੰਨੀ ਕੁ ਡਿਊਟੀ ਦੇ ਅੰਦਰ ਅੰਦਰ ਹੀ ਰੋਜ਼ ਇਹ ਚੱਲਣ ਡੇ ਸਨ ਅਗਲੇ ਦਿਨ ਜੋ ਹੋਣਾ ਸੀ ਉਹ ਫਿਰ ਹੁਕਮ ਹੁੰਦਾ ਸੀ ਜਿਵ ਤਿਸ ਪਾਵੈ ਤਿਵੇਂ ਚਲਾਵੈ ਤੇ ਜਿਵ ਹੋਵੈ ਅੱਗੇ ਮਹਾਰਾਜ ਜੀ ਨੇ ਦੱਸਿਆ ਸਤਿਗੁਰੂ ਆਉਂਦੇ ਨੇ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਵ ਤਿਸ ਪਾਵੈ ਇਹ ਆਪਣੀਆਂ ਮਰਜ਼ੀਆਂ ਨਹੀਂ ਸਨ ਕਰ ਸਕਦੇ ਸਿਰਫ ਉਹਨੇ ਕੀ ਇਹਨਾਂ ਨੂੰ ਜ਼ਿੰਮੇਵਾਰੀ ਦੇ ਵਿੱਚ ਰੱਖਿਆ ਸੀ ਭਾਵੇਂ ਜਿੰਨੇ ਮਰਜ਼ੀ ਵੱਡੇ ਅਫਸਰ ਦੱਸੇ ਨੇ ਕੰਟਰੋਲ ਦੇ ਜਦੋਂ ਅਕਾਲ ਪੁਰਖ ਦਾ ਹੁਕਮ ਹੁੰਦਾ ਸੀ ਜਿਵ ਤਿਸ ਪਾਵੈ ਤਿਵੇਂ ਚਲਾਵੈ ਜਿਵ ਹੋਵੇ ਫੁਰਮਾਨ ਜਦੋਂ ਇਹਨਾਂ ਨੂੰ ਹੁਕਮ ਮਿਲਦਾ ਸੀ ਫੁਰਮਾਨ ਮਿਲਦਾ ਸੀ ਵੀ ਕੱਲ ਨੂੰ ਕੀ ਕਰਨਾ ਤਾਂ ਫਿਰ ਅਗਲੇ ਦਿਨ ਦਾ ਇਹ ਪ੍ਰੋਗਰਾਮ ਉਲੀਕਦੇ ਸਨ ਨਹੀਂ ਤੇ ਜਿੰਨੀ ਕੁ ਜ਼ਿੰਮੇਵਾਰੀ ਅੱਜ ਦੀ ਹੈ ਇੱਥੋਂ ਤੱਕ ਹੀ ਸਾਰਾ ਇਹਨਾਂ ਦਾ ਕੰਟਰੋਲ ਸੀ ਹੁਣ ਕਿਸੇ ਬਾਦਸ਼ਾਹ ਦਾ ਵੇਖੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇੱਥੇ ਹੈਰਾਨੀ ਜਤਾਉਂਦੇ ਨੇ ਬਈ ਏਡੇ ਏਡੇ ਵੱਡੇ ਅਫਸਰ ਹੋਣ ਜੇ ਉਹਨਾਂ ਨੂੰ ਕੋਈ ਪਤਾ ਨਾ ਹੋਵੇ ਵੀ ਕੱਲ ਨੂੰ ਅਸਾਂ ਕੀ ਕਰਨਾ ਕਿਉਂਕਿ ਬਾਦਸ਼ਾਹ ਜਿਹੜਾ ਹੁੰਦਾ ਨਾ ਸੰਸਾਰ ਦਾ ਉਹਦੇ ਨਾਲ ਜਿਹੜਾ ਕੋਈ ਉਹਦਾ ਵਜ਼ੀਰ ਜਾਂ ਕੋਈ ਵੀ ਉਹਦਾ ਸੇਵਾਦਾਰ ਰਹਿੰਦਾ ਹੋਵੇ ਉਹ ਭੇਤੀ ਹੋ ਜਾਂਦਾ ਬਾਦਸ਼ਾਹ ਦਾ ਰੋਜ਼ ਨਾਲ ਰਹਿ ਰਹਿ ਕੇ ਬਈ ਇਹਨੂੰ ਹੁਣ ਕੀ ਚਾਹੀਦਾ ਹੁਣ ਇਹਨੇ ਕੀ ਕਰਨਾ ਕਿੱਥੇ ਜਾਣਾ ਕੀ ਖਾਣਾ ਭਾਵ ਉਹਦੇ ਸਾਰੀ ਜਿਹੜੀ ਦਿਨ ਚਰਿਆ ਹੁੰਦੀ ਏ ਉਹ ਸੇਵਕ ਨੂੰ ਪਤਾ ਹੁੰਦਾ ਪਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਹੈਰਾਨੀ ਜਤਾਉਂਦੇ ਨੇ ਕਹਿੰਦੇ ਨੇ ਇਹਨਾਂ ਤਿੰਨਾਂ ਨੂੰ ਕੋਈ ਪਤਾ ਨਹੀਂ ਵੀ ਅਗਲੇ ਦਿਨ ਆਪਾਂ ਕੀ ਕਰਨਾ ਜਿਵ ਤਿਸ ਪਾਵੈ ਤਿਵੇਂ ਚਲਾਵੈ ਜਿਵ ਹੋਵੇ ਫੁਰਮਾਨ ਹੁਕਮ ਦੇ ਨਾਲ ਚੱਲਦੇ ਨੇ ਮਰਿਆਦਾ ਬਣੀ ਏ ਸੰਸਾਰ ਦੀ ਬਿਨਾਂ ਹੁਕਮ ਤੋਂ ਨਹੀਂ ਇਹ ਚੱਲੇ ਭਾਵੇਂ ਜਿੱਡੇ ਵੱਡੇ ਮਰਜ਼ੀ ਇਹ ਕੰਟਰੋਲਰ ਹੋਏ ਨੇ ਸੰਸਾਰ ਦੇ ਫਿਰ ਕਹਿੰਦੇ ਨੇ ਉਹਨਾਂ ਵੇਖਿਆ ਉਹਨਾਂ ਨਦਰ ਨਾ ਆਵੇ ਉਹ ਵੇਖੇ ਉਹਨਾਂ ਨਦਰ ਨਾ ਆਵੇ ਹੁਣ ਉਹ ਅਕਾਲ ਪੁਰਖ ਤੇ ਇਹਨਾਂ ਸਾਰਿਆਂ ਨੂੰ ਵੇਖਣ ਡਿਆ ਇੱਥੇ ਵੀ ਬੜੀ ਹੈਰਾਨਗੀ ਇਹਨਾਂ ਨੇ ਜਿਤਾਈ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਹ ਇਹਨਾਂ ਸਾਰਿਆਂ ਨੂੰ ਵੇਖਣ ਡਿਆ ਪਰ ਇਹਨਾਂ ਤਿੰਨਾਂ ਨੂੰ ਨਹੀਂ ਪਤਾ ਲੱਗਦਾ ਬਈ
ਸਾਡਾ ਜਨਮਦਾਤਾ ਕੌਣ ਹੈ, ਸਾਨੂੰ ਪ੍ਰਗਟ ਕਿਹਨੇ ਕੀਤਾ, ਅਸਾਂ ਕੀ ਕਰਨਾ ਹੈ ਅੱਗੇ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਂਦੇ ਨੇ, ਇੱਥੇ ਬੜੀ ਹੈਰਾਨਗੀ ਦੀ ਗੱਲ ਹੈ। ਮੈਂ ਅੱਗੇ ਅਰਜ਼ ਕੀਤੀ ਹੈ ਵੀ ਬਾਦਸ਼ਾਹ ਦੇ ਨਾਲ ਜਿਹੜਾ ਰਹਿੰਦਾ ਹੋਵੇ ਉਹਨੂੰ ਬਾਦਸ਼ਾਹ ਦੀ ਹਰ ਚੀਜ਼ ਦਾ ਪਤਾ ਹੁੰਦਾ, ਕਿਉਂਕਿ ਭੇਤੀ ਹੋ ਜਾਂਦਾ ਉਹ ਨਾਲ ਰਹਿ ਰਹਿ ਕੇ। ਪਰ ਇਹਨਾਂ ਤਿੰਨਾਂ ਨੂੰ ਕੋਈ ਗੱਲ ਦਾ ਪਤਾ ਨਹੀਂ ਵੀ ਅੱਗੇ ਕੀ ਕਰਨਾ। ਜਿਸ ਤਰ੍ਹਾਂ ਹੁਕਮ ਹੁੰਦਾ ਉਸੇ ਤਰ੍ਹਾਂ ਹੀ ਅੱਗੇ ਵੱਧ ਜਾਂਦੇ ਨੇ। ਸੰਸਾਰ ਦੀ ਮਰਿਆਦਾ ਇਸ ਤਰ੍ਹਾਂ ਬਣਾਈ ਹੈ। ਹੁਣ ਇਹਨਾਂ ਨੂੰ ਕੋਈ ਪਤਾ ਨਹੀਂ, ਪਰ ਅਕਾਲ ਪੁਰਖ ਇਹਨਾਂ ਨੂੰ ਦੇਖਣ ਗਿਆ ਰਚਨ ਕਰਤਾ ਜਿਹੜਾ, ਉਹ ਕਿਸ ਤਰ੍ਹਾਂ ਅੱਜ ਸੰਸਾਰ ਦੇ ਵਿੱਚ ਆ ਸਾਇੰਸ ਦੇਖੋ ਕਿੰਨੀ ਤਰੱਕੀ ਕਰ ਗਈ ਹੈ ਸਾਡੀ, ਕਿੰਨੇ ਸੁੱਖ ਸਾਧਨ ਬਣ ਗਏ ਨੇ ਸੰਸਾਰ ਚ ਮਨੁੱਖ ਵਾਸਤੇ। ਜਹਾਜ਼ਾਂ ਤੇ ਤੁਰਿਆ ਫਿਰਦਾ ਹੈ ਕੋਈ, ਕਾਰਾਂ ਤੇ ਤੁਰਿਆ ਫਿਰਦਾ ਹੈ ਕੋਈ, ਰੇਲ ਗਾਡੀ ਤੇ ਤੁਰਿਆ ਫਿਰਦਾ ਹੈ। ਮਹਾਰਾਜ ਆਂਦੇ ਨੇ ਚੱਲਣ ਦੀ ਪੈਰਾਂ ਦੀ ਚਾਲ ਵੇਖੋ ਕਿੰਨੀ ਤੇਜ਼ ਕਰ ਦਿੱਤੀ ਗਈ ਹੈ। ਤੁਰਦੇ ਨਹੀਂ ਪਏ ਕਿਉਂਕਿ ਸਲੋ ਤੁਰਨਾ ਪਏਗਾ। ਸਕੂਟਰ ਤੇ ਕੋਈ ਜਾ ਰਿਹਾ ਉਹਨੇ ਹੋਰ ਤੇਜ਼ ਜਾਣਾ, ਤੇ ਕਾਰ ਤੇ ਜਾਣ ਡਿਆ ਹੋਰ ਤੇਜ਼ ਜਾਣਾ, ਬੱਸ ਤੇ ਜਾਣ ਡਿਆ, ਰੇਲ ਗੱਡੀ ਤੇ ਜਾਣ ਡਿਆ, ਤਾਂ ਫਿਰ ਨਹੀਂ ਕੋਈ ਅਥਾਹ ਪੈਂਦਾ ਤੇ ਫਿਰ ਜਹਾਜ਼ਾਂ ਤੇ ਚਲੇ ਜਾਂਦੇ ਨੇ। ਕੋਈ ਵਾਰ ਨਹੀਂ, ਕੋਈ ਪਾਰਾਵਾਰ ਨਹੀਂ ਇਸ ਚੀਜ਼ ਦਾ। ਇੰਨੀ ਸੰਸਾਰ ਚ ਤਰੱਕੀ ਕੀਤੀ ਏ ਮਨੁੱਖ ਨੇ, ਠੀਕ ਏ ਕਹਿੰਦੇ, ਤੇ ਫਿਰ ਹੋਰ ਏਡਾ ਵੱਡਾ ਉਹਨਾਂ ਨੇ ਜਿਹੜਾ ਅਵਿਸ਼ਕਾਰ ਕੀਤਾ ਉਹਦੇ ਬਾਰੇ ਦੱਸੋ। ਕਹਿੰਦੇ ਨੇ ਉਹਨਾਂ ਨੇ ਸਭ ਤੋਂ ਵੱਡਾ ਜਿਹੜਾ ਅਵਿਸ਼ਕਾਰ ਹੋਰ ਇੱਕ ਜਿਹੜਾ ਕੀਤਾ ਉਹ ਇਹ ਸਭ ਤੋਂ ਵੱਡਾ ਟੈਲੀਵਿਜ਼ਨ ਜਿਹੜਾ ਕੀਤਾ ਅਵਿਸ਼ਕਾਰ। ਟੈਲੀਵਿਜ਼ਨ ਦੇ ਵਿੱਚ ਸੰਸਾਰ ਦੇ ਹਰ ਕੋਨੇ ਕੋਨੇ ਦੀ ਤਸਵੀਰ ਆਉਂਦੀ ਏ। ਜਦੋਂ ਅਸੀਂ ਬੈਠੇ ਹੁੰਦੇ ਹਾਂ ਅਸੀਂ ਆਪਣੇ ਕਮਰੇ ਚ ਬੈਠੇ ਹੁੰਦੇ ਹਾਂ, ਪਰ ਕੋਈ ਇੰਗਲੈਂਡ ਪਹੁੰਚਿਆ ਹੁੰਦਾ, ਕੋਈ ਫਰਾਂਸ ਪਹੁੰਚਿਆ ਹੁੰਦਾ, ਕੋਈ ਜਰਮਨ ਪਹੁੰਚਿਆ ਹੁੰਦਾ, ਕੋਈ ਪੰਜਾਬ ਵੀ ਪਹੁੰਚਿਆ ਹੁੰਦਾ। ਭਾਵ ਕਹਿਣ ਦਾ ਬਈ ਉਸ ਟੈਲੀਵਿਜ਼ਨ ਚ ਮਨੁੱਖ ਨੇ ਐਸੀ ਐਸੀ ਕਲਾਕਾਰੀ ਕਰਕੇ ਵਿਖਾਈਏ, ਕਿਉਂਕਿ ਕਰਤਾ ਹੈ ਨਾ ਮਨੁੱਖ ਜਿਹੜਾ, ਟੈਲੀਵਿਜ਼ਨ ਦਾ ਕਰਤਾ ਦੱਸਿਆ ਗਿਆ, ਇਹਨੇ ਬਣਾਇਆ ਉਸਨੂੰ। ਹੁਣ ਉਹਦੇ ਅੰਦਰ ਜਿਹੜੀਆਂ ਤਸਵੀਰਾਂ ਆਉਂਦੀਆਂ ਨੇ ਨਾ ਉਹਨੂੰ ਤੇ ਵੇਖਣ ਡਿਆ ਬਹਿ ਕੇ, ਪਰ ਉਹਨਾਂ ਤਸਵੀਰਾਂ ਨੂੰ ਤੇ ਨਹੀਂ ਨਾ ਪਤਾ ਅੱਜ ਤੱਕ ਵੀ ਮੈਨੂੰ ਕੌਣ ਵੇਖਣ ਡਿਆ। ਕਿੰਨੇ ਕੁ ਜਾਣੇ ਅੱਗੇ ਮੇਰੇ ਸਾਹਮਣੇ ਬੈਠੇ ਨੇ ਮੈਨੂੰ ਵੇਖਣ ਡਏ ਨੇ, ਕਿਸੇ ਵੀ ਤਸਵੀਰ ਨੂੰ ਨਹੀਂ ਪਤਾ ਲੱਗਦਾ, ਪਰ ਸਾਹਮਣੇ ਬੈਠਣ ਵਾਲਿਆਂ ਨੂੰ ਸਾਰਾ ਪਤਾ ਵੀ ਹੁਣ ਅਸੀਂ ਇੰਗਲੈਂਡ ਦੇ ਸੀਨ ਵੇਖਣ ਡਏ ਹਾਂ, ਹੁਣ ਪੰਜਾਬ ਦੇ ਸੀਨ ਵੇਖਣ ਡਏ ਹਾਂ, ਹੁਣ ਦਿੱਲੀ ਦੇ ਸੀਨ ਵੇਖਣ ਡਏ ਹਾਂ। ਤੋ ਮਹਾਰਾਜ ਆਂਦੇ ਨੇ ਬਈ ਐਸੀ ਮਰਿਆਦਾ ਬਣਾਈ ਏ ਸੰਸਾਰ ਦੀ, ਜਿਸ ਤਰ੍ਹਾਂ ਟੈਲੀਵਿਜ਼ਨ ਦਾ ਕਰਤਾ ਜਿਹੜਾ ਉਹ ਮਨੁੱਖ ਦੱਸਿਆ ਗਿਆ ਉਹਨੂੰ ਸਾਰਾ ਪਤਾ ਵੀ ਟੈਲੀਵਿਜ਼ਨ ਚ ਕੀ ਆ ਰਿਹਾ, ਪਰ ਜਿਹੜਾ ਟੈਲੀਵਿਜ਼ਨ ਦੇ ਵਿੱਚ ਤਸਵੀਰ ਆ ਰਹੀਆਂ ਉਹਨਾਂ ਨੂੰ ਨਹੀਂ ਇਹਨਾਂ ਗੱਲਾਂ ਦਾ ਪਤਾ ਬਈ ਮੈਨੂੰ ਕੌਣ ਵੇਖਣ ਡਿਆ, ਕਿੰਨੇ ਜਾਣੇ ਅੱਗੇ ਬੈਠੇ ਨੇ ਮੈਨੂੰ ਵੇਖਣ ਵਾਸਤੇ, ਕਿੱਥੇ ਬੈਠੇ ਨੇ ਨਹੀਂ ਪਤਾ ਲੱਗਦਾ। ਸੰਸਾਰ ਦੀ ਐਸੀ ਮਰਿਆਦਾ ਬਣਾਈ ਏ ਅਕਾਲ ਪੁਰਖ ਨੇ, ਇਹਨਾਂ ਤਿੰਨਾਂ ਨੂੰ ਤੇ ਉਹ ਵੇਖਣ ਡਏ ਨੇ, ਪਰ ਇਹਨਾਂ ਨੂੰ ਨਹੀਂ ਪਤਾ ਵੀ ਸਾਡਾ ਜਗਤ ਰਚਤਾ ਕੌਣ ਏ, ਸਾਨੂੰ ਪ੍ਰਗਟ ਕਿਹਨੇ ਕੀਤਾ। ਇਸ ਤਰ੍ਹਾਂ ਦੀ ਮਰਿਆਦਾ ਸੰਸਾਰ ਦੀ ਹੈਗੀ ਏ। ਸੋ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇਹ ਜੁਗਤ ਦੱਸੀ ਏ ਬਈ ਇਸ ਤਰ੍ਹਾਂ ਸੁਝਾਵ ਵੀ ਉਹਨਾਂ ਨੇ ਦਿੱਤੇ ਨੇ ਵੀ ਇਸ ਤਰ੍ਹਾਂ ਸੰਸਾਰ ਦੀ ਜਿਹੜੀ ਏ ਰਚਨਾ ਬਣੀ ਏ। ਇਹ ਕਥਾ ਜਿਹੜੀ ਏ ਬਹੁਤ ਬਰੀਕੀ ਚ ਜਾ ਕੇ ਕਰਨੀ ਪੈਂਦੀ ਏ, ਬੜੇ ਧਿਆਨ ਨਾਲ ਸਮਝਣ ਵਾਲੀਆਂ ਨੇ ਇਹ ਗੱਲਾਂ, ਕਿਉਂਕਿ ਬੜੀਆਂ ਪੁਰਾਤਨ ਇਤਿਹਾਸ ਦੀਆਂ ਗੱਲਾਂ ਨੇ। ਉਦੋਂ ਹਜੇ ਇਹ ਮਨੁੱਖ ਦਾ ਜਿਹੜਾ ਜਨਮ ਨਹੀਂ ਸੀ ਹੋਇਆ, ਜਿੰਨਾ ਵੀ ਕਾਰਜ ਹੁੰਦਾ ਇਸ ਸੰਸਾਰ ਦਾ ਉਹ ਫੁਰਨੇ ਦੇ ਨਾਲ ਹੁੰਦਾ ਸੀ, ਮਨ ਚ ਚਿਤਵ ਲੈਂਦੇ ਸਨ, ਜਦੋਂ ਵੀ ਜਿਹੜੀ ਚੀਜ਼ ਵੀ ਚਿਤਵੇ ਸਨ ਉਸੇ ਟਾਈਮ ਉਹ ਫੁਰਨਾ ਹੋ ਕੇ ਸਾਹਮਣੇ ਆ ਜਾਂਦੀ ਸੀ। ਫਿਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਅੱਗੇ ਦੱਸਦੇ ਨੇ ਬਈ ਜਦੋਂ ਇਹ ਤਿੰਨ ਕੰਟਰੋਲਰ ਦੁਨੀਆਂ ਦੇ ਤਿਆਰ ਹੋ ਗਏ ਨੇ ਤਾਂ ਫਿਰ ਹੁਣ ਇਹਨਾਂ ਦੇ ਰਹਿਣ ਵਾਸਤੇ ਵੀ ਉਹਨਾਂ ਨੇ ਕੁਝ ਬੰਦੋਬਸਤ ਕਰਨਾ ਸੀ। ਸਾਰਿਆਂ ਦਾ ਸਟਾਫ ਜੋ ਹੋਇਆ ਉਹਨਾਂ ਦਾ ਸਾਰਾ
ਇਹਨਾਂ ਦਾ ਬੰਦੋਬਸਤ ਕਰਨਾ ਸੀ, ਹੁਣ ਕਿਸ ਤਰ੍ਹਾਂ ਕਰਦੇ ਬੰਦੋਬਸਤ? ਫਿਰ ਕਹਿੰਦੇ ਨੇ 9, 7, 14 ਕਰ ਗੁਰਬਾਣੀ ਜਿਹੜੀ ਚੀਜ਼ ਦੱਸੇਗੀ ਅਸਾਂ ਉਹ ਗੱਲ ਕਰਨੀ ਹੈ ਸਾਧ ਸੰਗਤ ਦੇ ਵਿੱਚ ਆਣ ਕੇ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਉਂਦੇ ਨੇ ਕਹਿੰਦੇ ਨੇ 9, 7, 14, 3, 4 ਕਰ ਮਿਹਨਤ ਫੇਰ ਬਣਾਈ। 9 ਕਹਿੰਦੇ ਨੇ ਤੇ ਪ੍ਰਿਥਵੀ ਦੇ ਫਿਰ 9 ਖੰਡ ਕੀਤੇ ਧਰਤੀ ਦੇ, ਉਹਨਾਂ ਨੇ ਜਿਹੜੀ ਪਾਣੀ ਸੀ ਨਾ 9 ਖੰਡ ਧਰਤੀ ਬਣਾਈ, ਫਿਰ ਉਹਨਾਂ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਖਣ ਦੇ 9 ਖੰਡ ਧਰਤੀ ਬਣਾਈ ਤੇ 7 ਦਵੀਪ ਬਣਾਏ, ਕਿਉਂਕਿ ਪਾਣੀ ਪਾਣੀ ਸੀ ਚਾਰੋਂ ਤਰਫ। ਹੁਣ ਦਵੀਪ ਕਿਹਨਾਂ ਨੂੰ ਆਖਿਆ ਗਿਆ ਇਹਦੇ ਵਿੱਚ? ਪਾਣੀ ਦੇ ਵਿੱਚ ਜਿਹੜੀ ਉੱਚੀ ਸੁੱਕੀ ਹੋਈ ਜਗ੍ਹਾ ਜਿਹੜੀ ਹੁੰਦੀ ਹੈ ਨਾ, ਜਿਹਦੇ ਆਲੇ ਦੁਆਲੇ ਪਾਣੀ ਦੱਸਿਆ ਗਿਆ ਉਹਨੂੰ ਦਵੀਪ ਦੱਸਿਆ ਗਿਆ। 7 ਦਵੀਪ ਜਿਹੜੇ ਨੇ ਉਹ ਬਣਾਏ ਗਏ ਨੇ, ਵੱਖ ਵੱਖ ਉਹਨਾਂ ਦੇ ਨਾਂ ਦੱਸੇ ਗਏ ਨੇ, ਜਿਹਨਾਂ ਚੋਂ ਭਾਰਤ ਵੀ ਇੱਕ ਦਵੀਪ ਹੈਗਾ। ਇਹਦਾ ਨਾਂ ਵੀ ਜਿਹੜਾ ਜੰਬੋ ਦਵੀਪ ਦੱਸਿਆ ਗਿਆ ਗੁਰਬਾਣੀ ਦੇ ਵਿੱਚ। ਇਸ ਤਰ੍ਹਾਂ ਦੇ 14 ਖੰਡ ਧਰਤੀ, 9 ਖੰਡ ਧਰਤੀ ਬਣਾਈ ਤੇ 7 ਫਿਰ ਦਵੀਪ ਬਣਾਏ ਨੇ ਤੇ 14 ਫਿਰ ਭਵਨ ਬਣਾਏ ਨੇ ਉਹਨਾਂ ਨੇ। 9, 7, 14 ਭਵਨ ਭਾਵ 7 ਆਕਾਸ਼ ਬਣਾਏ ਨੇ ਤੇ 7 ਪਤਾਲ ਬਣਾਏ ਨੇ। ਭਾਵੇਂ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਇੱਕ ਜਗ੍ਹਾ ਲਿਖਿਆ ਵੀ ਲੱਖਾਂ ਲੱਖਾਂ ਆਕਾਸ਼ ਵੀ ਪਤਾ ਨੀ ਕਿਤਨੇ ਬਣਾਏ ਨੇ, ਉਹਨਾਂ ਦੀ ਗਿਣਤੀ ਹੈ ਹੀ ਨਹੀਂ, ਪਰ ਇੱਥੇ ਵੀ ਉਹ ਦੱਸਣ ਡੇ ਨੇ ਬਈ 7 ਆਕਾਸ਼ ਬਣਾਏ ਨੇ, 7 ਪਤਾਲ ਬਣਾਏ ਨੇ, ਹੋਰ ਕਿਤੇ ਲੱਖਾਂ ਵਾਲੀ ਜਿਹੜੇ ਆ ਉਹ ਇਤਿਹਾਸ ਸਾਹਮਣੇ ਨਹੀਂ ਆਇਆ। 9, 7, 14, 3, 4 ਕਰ, 3 ਫਿਰ ਉਹਨਾਂ ਨੇ ਲੋਕ ਬਣਾਏ ਨੇ, ਮਾਤ ਲੋਕ, ਸਵਰਗ ਲੋਕ ਤੇ ਪਤਾਲ ਲੋਕ, ਇਹ 3 ਲੋਕ ਬਣਾਏ ਨੇ ਤੇ 4 ਫਿਰ ਖਾਣੀਆਂ ਬਣਾਈਆਂ ਨੇ। ਖਾਣੀਆਂ ਕਿਹਨਾਂ ਨੂੰ ਆਖਿਆ ਗਿਆ? ਜਿਹੜੀਆਂ ਕਿਸਮਾਂ ਨੂੰ ਅਸੀਂ ਆਖਦੇ ਹਾਂ, ਕਿਉਂਕਿ ਹੁਣ ਇੱਥੇ ਸੰਸਾਰ ਦੀ ਉਹਨਾਂ ਨੇ ਰਚਨਾ ਕਰਨੀ ਹੈ ਨਾ। ਜਿੱਥੇ ਧਰਤੀ ਬਣਾਈ, ਦਵੀਪ ਬਣਾਏ, ਲੋਕ ਬਣਾਏ, ਆਕਾਸ਼ਾਂ ਪਤਾਲ ਬਣਾਏ ਤੇ ਨਾਲ ਹੁਣ 4 ਕਿਸਮਾਂ ਦੱਸੀਆਂ ਜਿਹਨਾਂ ਨੇ ਉਤਪਤੀ ਕਰਨੀ ਸੀ। ਕਿਹੜੀ ਕਿਹੜੀ? ਆਸਾ ਦੀ ਵਾਰ ਚ ਅਸੀਂ ਰੋਜ ਪੜ੍ਹਦੇ ਹਾਂ, ਅੰਡਜ ਜੇ ਰਜ ਸੇਤਜ ਉਤਪਜਾ, ਚਾਰ ਖਾਣੀਆਂ ਦੱਸੀਆਂ ਨੇ ਜਿਹਨਾਂ ਤੋਂ ਜੀਵ ਜੰਤੂ ਉਤਪੰਨ ਹੋਏ ਨੇ, ਵੱਖ ਵੱਖ ਕਿਸਮਾਂ ਉਹਨਾਂ ਦੀਆਂ ਦੱਸੀਆਂ ਗਈਆਂ। ਅੰਡਜ ਜੇਰਜ ਸੇਤਜ ਤੇ ਉਤਪਜਾ, ਇਹਨਾਂ ਨੂੰ ਚਾਰਾਂ ਨੂੰ ਖਾਣੀਆਂ ਆਖਿਆ ਗਿਆ, ਕਿਉਂਕਿ ਇਹ 4 ਕਿਸਮਾਂ ਨੇ ਜਿਨ੍ਹਾਂ ਤੋਂ ਇਸ ਸ੍ਰਿਸ਼ਟੀ ਦੀ ਰਚਨਾ ਹੋਈ ਹੈ। ਅੰਡਜ ਜਿਹੜੀ ਹੈ, ਜਿਹੜੀ ਅੰਡਿਆਂ ਤੋਂ ਭਾਵ ਜਿਨ੍ਹਾਂ ਦਾ ਜਨਮ ਹੋਇਆ, ਕਈ ਤਰ੍ਹਾਂ ਦੇ ਜੀਵ ਜੰਤੂ ਇਸ ਧਰਤੀ ਤੇ ਲੇਟੇ ਨੇ, ਕੋਈ ਉੱਡਣ ਡਏ ਨੇ, ਕੋਈ ਤੈਰਨ ਡਏ ਨੇ, ਉਹ ਅਲੱਗ ਅਲੱਗ ਕਿਸਮਾਂ ਚ ਉਹਨਾਂ ਦੇ ਬਾਰੇ ਦੱਸਿਆ। ਅੰਡਜ ਜਿਹੜੇ ਨੇ ਉਹ ਹੁਣ ਅੰਡਿਆਂ ਤੋਂ ਦੱਸਿਆ, ਤੇ ਜੇਰਜ ਜਿਹੜੇ ਨੇ ਉਹ ਚੌਪਾਏ ਵਾਲੇ ਦੱਸਿਆ ਨੇ, ਭਾਵ ਮਨੁੱਖ ਤੇ ਜਿਹੜੇ ਜਾਨਵਰ ਨੇ ਨਾ ਇਹ ਜੇਰਜ ਤੋਂ ਉਤਪੰਨ ਹੋਏ ਨੇ। ਫਿਰ ਅੱਗੇ ਸੇਤਜ ਦੱਸਿਆ, ਅੰਡਜ ਜੇਰਜ ਸੇਤਜ ਉਤਪਜਾ, ਸੇਤਜ ਜਿਹੜਾ ਉਹ ਕਹਿੰਦੇ ਨੇ ਵੀ ਪਸੀਨੇ ਤੋਂ ਜਿਹੜੇ ਪੈਦਾ ਹੁੰਦੇ ਨੇ ਨਾ, ਧਰਤੀ ਨੂੰ ਜਦੋਂ ਪਸੀਨਾ ਆਉਂਦਾ ਹੈ ਤੇ ਫਿਰ ਬਰਸਾਤ ਹੁੰਦੀ ਹੈ, ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ, ਉਦੋਂ ਲੱਖਾਂ ਦੀ ਗਿਣਤੀ ਵਿੱਚ
ਜੀਵ ਜੰਤੂ ਫਿਰ ਪੈਦਾ ਹੁੰਦੇ ਨੇ, ਉਹ ਇੱਕ ਮਿੰਟ ਦੇ ਵਿੱਚ ਹੀ ਪੈਦਾ ਹੋ ਜਾਂਦੇ ਨੇ ਤੇ ਇੱਕ ਮਿੰਟ ਦੇ ਵਿੱਚ ਹੀ ਫਿਰ ਨਾਸ਼ ਹੋ ਜਾਂਦਾ ਉਹਨਾਂ ਦਾ। ਇਹ ਧਰਤੀ ਦੇ ਪਸੀਨੇ ਤੋਂ ਪੈਦਾ ਹੁੰਦੇ ਨੇ, ਸਿਹਤ ਜਿਹਨੂੰ ਦੱਸਿਆ ਗਿਆ, ਜਿਸ ਤਰ੍ਹਾਂ ਆਮ ਚਿੱਚੜ ਵਗੈਰਾ ਵੀ ਹੁੰਦੇ ਨੇ ਜਿਹੜੇ। ਤੇ ਫਿਰ ਅੱਗੇ ਦੱਸਿਆ ਗਿਆ ਉਤਪੁਜਾ, ਉਤਪੁਜ ਜਿਹੜੀ ਇਹ ਹੁਣ ਰੁਮਾਵਲੀ ਦੱਸੀ ਗਈ ਹੈ, ਜਿਹੜੇ ਬ੍ਰਿਕਸ਼ ਪੇੜ ਪੌਦੇ ਜਿਹੜੇ ਦੱਸੇ ਗਏ ਨੇ, ਇਹਨਾਂ ਦੀ ਉਤਪੁਜਾ ਦੱਸੀ ਗਈ ਹੈ। ਸੰਸਾਰ ਦੀ ਇਹ ਰੁਮਾਵਲੀ ਹੈ, ਜਿੱਥੇ ਵੀ ਖਿੜੀ ਹੁੰਦੀ ਹੈ ਮਨ ਖਿੜ ਜਾਂਦਾ ਵੇਖ ਕੇ ਉੱਥੇ। ਸੋ ਇਹ ਚਾਰ ਚੀਜ਼ਾਂ, ਨੌ ਸੱਤ ਚੌਦਾਂ ਤਿੰਨ ਚਾਰ ਕਰ ਤੇ ਮਹਿਲਤ ਫੇਰ ਬਣਾਈ, ਮਹਿਲਤ ਫੇਰ ਬਣਾਈ, ਬਾਹਰ ਮਖਲੂਕਾਤ ਫੇਰ ਤਿਆਰ ਕੀਤੀ, ਜੀਵ ਜੰਤੂ ਫਿਰ ਤਿਆਰ ਕੀਤੇ ਨੇ ਸਾਰੇ ਇਹਦੇ ਤੋਂ ਚਾਰ ਖਾਣਿਆਂ ਤੋਂ। ਚਾਰ ਦੀਵੇ ਚੌਹਤ ਦੀਏ ਏਕਾ ਏਕਾ ਵਾਰੀ, ਫਿਰ ਚਾਰ ਦੀਵੇ ਦਿੱਤੇ ਨੇ ਉਹਨਾਂ ਨੇ। ਜਦੋਂ ਜੀਵ ਜੰਤੂ ਫਿਰ ਪੈਦਾ ਕਰਦੇ ਨੇ ਨਾ, ਚਾਰ ਖਾਣੀਆਂ ਬਣਾ ਕੇ ਮਖਲੂਕਾਤ ਬਣਾਉਣੀ ਸ਼ੁਰੂ ਕਰਤੀ, ਸਾਧੂ ਨਾਨਕ ਦੇਵ ਸੱਚੇ ਪਾਤਸ਼ਾਹ ਆਉਂਦੇ ਨੇ। ਫਿਰ ਹੁਣ ਸਮੇਂ ਦੀ, ਹੁਣ ਉਹਨਾਂ ਵੇਖਿਆ ਵੀ ਹੁਣ ਸਮੇਂ ਨੂੰ ਕਿਸ ਤਰ੍ਹਾਂ ਵੰਡਣਾ, ਸਮੇਂ ਦੀ ਵੰਡ ਕਿਸ ਤਰ੍ਹਾਂ ਬਣਾਈ ਜਾਵੇ, ਕਿਉਂਕਿ ਸੰਸਾਰ ਜਿਹੜੀ ਵੀ ਵਸਤੂ ਜਿਹੜੀ ਵੀ ਚੀਜ਼ ਉਹਨਾਂ ਨੇ ਬਣਾਈ ਉਸ ਦਾ ਇੱਕ ਨਾਮ ਦਿੱਤਾ, ਬਿਨਾਂ ਨਾਮ ਤੋਂ ਕੋਈ ਚੀਜ਼ ਨਹੀਂ ਚੱਲ ਸਕਦੀ। ਇਸੇ ਤਰ੍ਹਾਂ ਉਹਨਾਂ ਸਮੇਂ ਦਾ ਵੀ ਫਿਰ ਨਾਮ ਦਿੱਤਾ, ਇਹਨਾਂ ਨੂੰ ਯੁੱਗਾਂ ਦੇ ਵਿੱਚ ਉਹਨਾਂ ਨੇ ਫਿਰ ਵੰਡਿਆ, ਚਾਰ ਦੀਵੇ ਬਣਾਏ ਨੇ। ਚਾਰ ਦੀਵੇ ਚੌਹਤ ਦੀਏ ਏਕਾ ਏਕਾ ਵਾਰੀ, ਕਿਹੜੇ ਦੀਵੇ ਮੰਨੇ ਗਏ ਨੇ ਸਮੇਂ ਦੀ ਵੰਡ ਕਰਕੇ, ਤੇ ਫਿਰ ਉਹ ਜਿਹੜੇ ਚਾਰ ਵੇਦ ਜਿਹੜੇ ਸਨ ਉਹ ਫਿਰ ਮੁੱਖ ਵੇਦ ਦੱਸੇ ਗਏ ਨੇ ਚਾਰ, ਸਾਮ ਵੇਦ, ਰਿਗ ਵੇਦ, ਯਜੁਰ ਵੇਦ ਤੇ ਅਥਰਵ ਵੇਦ। ਇਹ ਚਾਰ ਮੁੱਖ ਵੇਦ ਦੱਸੇ ਨੇ ਸੰਸਾਰ ਦੇ, ਪਰ ਇਹਨਾਂ ਦਾ ਰਚਯਿਤਾ ਨਹੀਂ ਦੱਸਿਆ ਵੀ ਕਿਹੜਾ, ਅਕਾਲ ਪੁਰਖ ਦੀ ਆਪਣੀ ਰਚਨਾ ਇਹਨਾਂ ਨੇ ਬਣਾਈ ਹੈ। ਕਈ ਕਹਿ ਦਿੰਦੇ ਨੇ ਵੀ ਬਾਬਾ ਵਿਸ਼ਵਕਰਮਾ ਨੇ ਬਣਾਏ, ਪਰ ਨਹੀਂ, ਇਤਿਹਾਸ ਚ ਨਹੀਂ ਕੋਈ ਇਸ ਤਰ੍ਹਾਂ ਦਾ ਇਤਿਹਾਸ ਨਜ਼ਰ ਆਇਆ। ਇਹ ਚਾਰ ਜਿਹੜੇ ਮੁੱਖ ਵੇਦ ਹੋਏ ਨੇ, ਸਮੇਂ ਦੀ ਵੰਡ ਕੀਤੀ, ਸਤਯੁਗ ਬਣਾਇਆ, ਤ੍ਰੇਤਾ ਬਣਾਇਆ, ਦੁਆਪਰ ਬਣਾਇਆ, ਫਿਰ ਕਲਯੁਗ ਬਣਾਇਆ, ਇਹ ਚਾਰ ਯੁੱਗਾਂ ਚ ਇਹਨਾਂ ਨੂੰ ਵੰਡ ਕੇ ਤੇ ਫਿਰ ਚਾਰ ਦੀਵੇ ਇਹਨਾਂ ਨੂੰ ਦੇ ਤੇ। ਸਤਯੁਗ ਨੂੰ ਸ਼ਾਮ ਵੇਦ ਦਿੱਤਾ ਤੇ ਤ੍ਰੇਤਾ ਨੂੰ ਯਜੁਰਵੇਦ ਦਿੱਤਾ, ਦੁਆਪਰ ਨੂੰ ਅਥਰਵ ਵੇਦ ਕਲਯੁਗ ਨੂੰ ਦਿੱਤਾ, ਸਾਮ ਵੇਦ ਜਿਹੜਾ ਉਹ ਸਤਿਗੁਰ ਸਤਯੁਗ ਨੂੰ ਦਿੱਤਾ, ਭਾਵ ਚਾਰ ਵੇਦ ਚਾਰੋ ਯੁੱਗਾਂ ਚ ਇਹਨਾਂ ਨੇ ਫਿਰ ਵੰਡ ਦਿੱਤੇ ਨੇ। ਚਾਰ ਦੀਵੇ ਚੌਹਤ ਦੀਏ ਏਕਾ ਏਕਾ ਵਾਰੀ, ਭਾਵ ਇਕੱਠੇ ਨੀ ਦਿੱਤੇ ਵਾਰੀ ਵਾਰੀ ਸਿਰ, ਇਹ ਫਿਰ ਸਾਰੇ ਆਏ ਨੇ। ਪਹਿਲਾਂ ਸਤਯੁਗ ਆਇਆ, ਫਿਰ ਤ੍ਰੇਤਾ ਆਇਆ, ਫਿਰ ਦੁਆਪਰ ਆਇਆ ਤੇ ਫਿਰ ਕਲਯੁਗ ਦਾ ਸਮਾਂ ਅੱਗੇ ਆ ਗਿਆ। ਇਸ ਤਰ੍ਹਾਂ ਫਿਰ ਸੱਚੇ ਪਾਤਸ਼ਾਹ ਸਾਧੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਦੀ ਵੰਡ ਫਿਰ ਕਰਦੇ ਗਏ ਨੇ। ਇਹਨਾਂ ਦੇ ਮੁਤਾਬਕ ਫਿਰ ਉਹਨਾਂ ਨੇ ਆਖਿਆ ਵੀ ਜੀਵਨ ਜਿਹੜਾ ਉਹ ਬਤੀਤ ਕਰਨਾ ਇਹਨਾਂ ਵੇਦਾਂ ਦੇ ਮੁਤਾਬਕ। ਹੁਕਮ ਹੋ ਗਿਆ ਵੀ ਇਹਨਾਂ ਵੇਦਾਂ ਦੇ ਮੁਤਾਬਕ ਫਿਰ ਜੀਵਨ ਬਤੀਤ ਕਰਨਾ ਹੈ। ਚਲੋ ਠੀਕ ਹੈ ਜੀ, ਅੱਗੇ ਫਿਰ ਹੁਣ ਚੱਲਦੇ ਹਾਂ ਅਸੀਂ। ਹੁਣ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਇਹ ਮਾਇਆਪਤੀ ਇਹ ਜਿਹੜੀ ਤੂੰ ਰਚਨਾ ਕੀਤੀ ਹੈ ਨਾ, ਇਹ ਤੇਰੀ ਕਿਰਪਾ ਦੇ ਨਾਲ ਹੋਈ ਹੈ। ਇਹ ਜਿਹੜਾ ਸੰਸਾਰ ਬਣਿਆ ਇਹ ਮਹਾਰਾਜ, ਇਹ ਮਾਇਆਪਤੀ ਪਰਮੇਸ਼ਰ, ਇਹ ਤੁਹਾਡੀ ਕਿਰਪਾ ਦੇ ਨਾਲ ਇਹ ਸਾਰੇ ਕਾਰਜ ਹੋਏ ਨੇ ਤੇ ਤਾਂ ਸੰਸਾਰ ਬਣਿਆ। ਸੰਸਾਰ ਬਣਾ ਦਿੱਤਾ ਹੁਣ ਉਹਨਾਂ ਨੇ ਥੋੜੀਆਂ ਥੋੜੀਆਂ ਚੀਜ਼ਾਂ ਵੰਡ ਵੰਡ ਕੇ,
ਪਰ ਸੰਸਾਰ ਜਦੋਂ ਬਣਾਇਆ ਤੇ ਉਦੋਂ ਅੱਜ ਵਰਗੇ ਕਾਰੀਗਰ ਨਹੀਂ ਸਨ ਉੱਥੇ, ਅੱਜ ਵਰਗੇ ਕਾਰੀਗਰ ਨਹੀਂ ਸਨ ਵੇਖੇ ਗਏ। ਇੱਕ ਕਾਰੀਗਰ ਦੀ ਉਦੋਂ ਉਪਜ ਕੀਤੀ ਫਿਰ ਇਹਨਾਂ ਨੇ ਅਕਾਲ ਪੁਰਖ ਨੇ, ਜਿਨ੍ਹਾਂ ਦਾ ਵਿਸ਼ਵਕਰਮਾ ਜੀ ਨਾਂ ਆਇਆ, ਬਾਬਾ ਵਿਸ਼ਵਕਰਮਾ ਜੀ ਜਿਹੜੇ ਅੱਜ ਦੇ ਦਿਨ ਦੇ ਪ੍ਰਕਾਸ਼ ਪ੍ਰਭਾਇਆ। ਬ੍ਰਹਮਾ ਜੀ ਤੋਂ ਇਹਨਾਂ ਦੀ ਉਤਪਤੀ ਮੰਨੀ ਗਈ ਹੈ, ਉਤਪਤ ਹੋਈ ਹੈ ਜਿਹੜੀ, ਕਿਉਂਕਿ ਬ੍ਰਹਮਾ ਜੀ ਦੀ ਨਾਭੀ ਤੋਂ ਫਿਰ ਇਹਨਾਂ ਦੇ ਉਤਪਨ ਹੋਇਆ ਸੀ, ਜਨਮ ਹੋਇਆ ਸੀ ਉੱਥੋਂ ਨਾਭੀ ਦੇ ਵਿੱਚੋਂ ਇਹ ਫਿਰ ਪੈਦਾ ਹੋਏ ਨੇ ਬਾਬਾ ਵਿਸ਼ਵਕਰਮਾ ਜੀ ਆਣ ਕੇ। ਭਾਵੇਂ ਵਿਸ਼ਵਕਰਮਾ ਜੀ ਦੇ ਦੋ ਰੂਪ ਮੰਨੇ ਗਏ ਨੇ, ਕਿਉਂਕਿ ਇੱਕ ਰੂਪ ਤੇ ਉਹਨਾਂ ਦਾ ਉਹ ਮੰਨਿਆ ਗਿਆ ਜਿਹੜਾ ਸਰੀਰ ਲੈਣ ਮਾਤਾ ਦੇ ਗਰਭ ਆਉਣ ਤੋਂ ਪਹਿਲਾਂ ਦਾ ਤੇ ਇੱਕ ਬਾਅਦ ਦਾ ਦੱਸਿਆ ਗਿਆ। ਦੋ ਰੂਪ ਦੱਸੇ ਗਏ ਨੇ, ਦੋ ਰੂਪ ਉਹਨਾਂ ਦੇ ਵੇਖੇ ਗਏ ਨੇ, ਕਿਉਂਕਿ ਜਦੋਂ ਅਕਾਲ ਪੁਰਖ ਨੇ ਉਹਨਾਂ ਨੂੰ ਆਖਿਆ ਨਾ ਬਈ ਇਹ ਜਿਹੜਾ ਹੁਣ ਤਿੰਨ ਕੰਟਰੋਲਰ ਨੇ ਇਹਨਾਂ ਦੇ ਵਾਸਤੇ ਰਹਿਣ ਵਾਸਤੇ ਜਗ੍ਹਾ ਚਾਹੀਦੀ ਹੈ, ਤੇ ਫਿਰ ਇਹਨਾਂ ਨੂੰ ਹੁਕਮ ਹੋਇਆ ਵੀ ਤੁਸੀਂ ਹੁਣ ਬਾਬਾ ਵਿਸ਼ਵਕਰਮਾ ਜੀ ਤੁਸੀਂ ਹੁਣ ਇਹਨਾਂ ਦੇ ਵਾਸਤੇ ਰਹਿਣ ਵਾਸਤੇ ਮਕਾਨ ਤੇ ਨਹਿਰ ਬਣਾਓਗੇ। ਇਹਨਾਂ ਨੇ ਫਿਰ ਬ੍ਰਹਮਾ ਜੀ ਵਾਸਤੇ ਬ੍ਰਹਮਪੁਰੀ ਉੱਥੇ ਬਣਾਈ ਹੈ ਸੁਮੇਰ ਪਰਬਤ ਦੇ ਉੱਤੇ, ਪੁਰੀਆਂ ਜਿੰਨੀਆਂ ਵੀ ਇਹਨਾਂ ਨੇ ਬਣਾਈਆਂ ਨੇ ਸੁਮੇਰ ਪਰਬਤ ਦੇ ਉੱਤੇ ਬਣਾਈਆਂ ਨੇ। ਮਹਾਰਾਜ ਵਿਸ਼ਨੂੰ ਵਾਸਤੇ ਫਿਰ ਵਿਸ਼ਨਪੁਰੀ ਬਣਾਈ ਹੈ, ਉਹ ਵੀ ਸੁਮੇਰ ਪਰਬਤ ਦੇ ਉੱਤੇ ਬਣਾਈ ਹੈ। ਇਹ ਸਭ ਤੋਂ ਪਹਿਲੀ ਇਹਨਾਂ ਦੀ ਰਚਨਾ ਸੀ ਬਾਬਾ ਵਿਸ਼ਵਕਰਮਾ ਜੀ ਦੀ ਜਿਹੜੀ ਉੱਥੇ ਉਹਨਾਂ ਨੇ ਬਣਾਈ ਜਾ ਕੇ। ਫਿਰ ਇੰਦਰ ਵਾਸਤੇ ਬਣਾਈ ਇੰਦਰਪੁਰੀ, ਜਿਹਨੂੰ ਇੰਦਰ ਰੋਗ ਵੀ ਆਖਿਆ ਜਾਂਦਾ ਹੈ। ਜਦੋਂ ਬਿਸ਼ਨਪੁਰੀ ਬਣਾਈ ਤੇ ਫਿਰ ਉੱਥੇ ਇੱਕ ਬੜਾ ਵੱਡਾ ਇਹਨਾਂ ਨੇ ਹਾਲ ਵੀ ਬਣਾਇਆ, ਹਾਲ ਬਣਾਇਆ ਤੇ ਉੱਥੇ ਹਰ ਵੇਲੇ ਫਿਰ ਕਥਾ ਕੀਰਤਨ ਚੱਲਦੇ ਰਹਿੰਦੇ ਸਨ, ਜਿਹਦਾ ਨਾਂ ਦੱਸਿਆ ਵੈਕੁੰਠ ਧਾਮ। ਉਸੇ ਤਰ੍ਹਾਂ ਸੰਸਾਰ ਵਿੱਚ ਵੀ ਜਿੱਥੇ ਕਥਾ ਕੀਰਤਨ ਹੁੰਦਾ ਉੱਥੇ ਗੁਰਬਾਣੀ ਰਾਹੀਂ ਆਖਿਆ ਜਾਂਦਾ ਵੀ ਇਹ ਵੀ ਵੈਕੁੰਠ ਧਾਮ ਬਣਿਆ। ਕਬੀਰ ਜੀ ਨੇ ਇਹਨਾਂ ਨੂੰ ਆਖ ਦਿੱਤਾ ਸੀ ਗੁਰਬਾਣੀ ਚ, ਕਹਿੰਦੇ ਨੇ ਕਹੋ ਕਬੀਰ ਅਬ ਕਹੀਏ ਕਾਹੇ ਸਾਧ ਸੰਗ ਵੈਕੁੰਠੇ ਆਏ, ਕਿਉਂਕਿ ਜਿੱਥੇ ਦੀ ਸਾਧ ਸੰਗਤ ਬੈਠ ਕੇ ਗੁਰਬਾਣੀ ਪੜੀ ਜਾਂਦੀ ਹੈ, ਕੀਰਤਨ ਹੁੰਦਾ, ਕਥਾ ਕੀਰਤਨ ਹੁੰਦੇ ਨੇ, ਉਹ ਫਿਰ ਵੈਕੁੰਠ ਧਾਮ ਮੰਨਿਆ ਗਿਆ। ਇਸੇ ਤਰ੍ਹਾਂ ਬਿਸ਼ਨਪੁਰੀ ਦੇ ਨਾਲ ਉੱਥੇ ਹਾਲ ਵੱਡਾ ਬਣਾਇਆ ਸੀ ਮਹਾਰਾਜ ਵਿਸ਼ਨੂੰ ਵਾਸਤੇ, ਸਾਰੇ ਉੱਥੇ ਇਕੱਠੇ ਹੋ ਕੇ ਫਿਰ ਕਥਾ ਕੀਰਤਨ ਕਰਦੇ ਸਨ। ਇਹ ਬਾਬਾ ਵਿਸ਼ਵਕਰਮਾ ਜੀ ਦਾ ਇਹ ਦੋ ਰੂਪਾਂ ਚ ਪਹਿਲਾ ਰੂਪ ਮੈਂ ਦੱਸਣ ਡਿਆ। ਫਿਰ ਉੱਥੇ ਜਦੋਂ ਇਹਨਾਂ ਦਾ ਕੰਮ ਪੂਰਾ ਹੋ ਗਿਆ, ਇੱਕ ਦਿਨ ਇਹ ਸੂਰਜ ਲੋਕ ਨੂੰ ਤੁਰੇ ਜਾਣ ਡੇ ਸਨ ਬਾਬਾ ਵਿਸ਼ਵਕਰਮਾ ਜੀ, ਤੇ ਅੱਗੋਂ ਬ੍ਰਹਮਾ ਜੀ ਮਿਲ ਗਏ। ਫਿਰ ਇਹਨਾਂ ਨੂੰ ਬ੍ਰਹਮਾ ਜੀ ਜਦੋਂ ਮਿਲ ਗਏ ਤੇ ਫਿਰ ਉਹਨਾਂ ਨੇ ਨਮਸਕਾਰ ਕੀਤੀ ਤੇ ਪੁੱਛਿਆ ਵੀ ਹਾਂ ਇੱਧਰ ਕਿੱਧਰ ਤੁਰੇ ਜਾਣ ਡੇ ਹੋ ਬਾਬਾ ਵਿਸ਼ਵਕਰਮਾ ਜੀ? ਦੱਸਿਆ ਵੀ ਮੈਂ ਸੂਰਜ ਲੋਕ ਵੱਲ ਜਾਣ ਡਿਆ। ਤਾਂ ਬ੍ਰਹਮਾ ਜੀ ਨੇ ਆਖਿਆ ਇੱਥੋਂ ਦੀਆਂ ਹੁਣ ਜਿੰਨੇ ਵੀ ਪੁਰੀਆਂ ਬਣੀਆਂ ਸਨ, ਜਿੰਨੇ ਵੀ ਸ਼ਿਵਾਲਿਆ ਬਣੇ ਸਨ, ਉਹ ਹੁਣ ਪੂਰੇ ਹੋ ਗਏ ਨੇ, ਤੇ ਤੁਸੀਂ ਹੁਣ ਇਸ ਤਰ੍ਹਾਂ ਕਰੋ ਜਾਓ ਸੰਸਾਰ ਦੇ ਵਿੱਚ, ਹੁਣ ਉੱਥੇ ਅਵਤਾਰ ਲਓ ਜਾ ਕੇ, ਸੰਸਾਰ ਨੂੰ ਗਿਆਨ ਦਿਓ ਜਾ ਕੇ, ਪ੍ਰਕਾਸ਼ ਦਿਓ, ਕਰਮ ਦਾ ਗਿਆਨ ਦਿਓ। ਤਾਂ ਫਿਰ ਬਾਬਾ ਵਿਸ਼ਵਕਰਮਾ ਜੀ ਜਿਹੜੇ ਸਨ ਉੱਥੇ ਉਹਨਾਂ ਦਾ ਹੁਕਮ ਮੰਨ ਕੇ ਤੇ ਫਿਰ ਸੰਸਾਰ ਵਿੱਚ ਆਣ ਕੇ ਫਿਰ ਬਰਾਦਰ ਭਾਵ ਹੋਇਆ। ਫਿਰ ਕਿੱਥੇ ਬਰਾਦਰ ਭਾਵ ਹੋਇਆ? ਹੁਣ ਇਹ ਦੂਸਰਾ ਰੂਪ ਇੱਥੋਂ ਚਾਲੂ ਹੁੰਦਾ ਬਾਬਾ ਵਿਸ਼ਵਕਰਮਾ ਜੀ ਦਾ। ਮਦਰਾਸ ਵਿੱਚ ਆਣ ਕੇ ਤੇ ਫਿਰ ਮਾਤਾ ਜਿਹੜੀ ਸੀ ਯੋਗ ਸ਼ਿਪਰਾ ਜਾਂ ਯੋਗ ਸਿੱਧਾ ਵੀ ਉਹਨਾਂ ਦਾ ਨਾਂ ਹੈ, ਤੇ ਪਿਤਾ ਜਿਹੜੇ ਸਨ ਰਿਸ਼ੀ ਪ੍ਰਭਾਸ, ਇਹਨਾਂ ਦੇ ਘਰ ਫਿਰ ਬਰਾਦਰ ਭਾਵ ਹੋਇਆ ਮਦਰਾਸ ਦੇ ਵਿੱਚ। ਸੋ ਮਹਾਤਮਾ ਦੱਸਦੇ ਨੇ ਕੀ ਕਹਿੰਦੇ ਨੇ, ਮਦਰਾਸ ਮੈਂ ਉਹ ਜੀ ਦੱਖਣ ਦੇਸ਼ ਮਾਤਾ ਸੁਮਨ ਜੀ ਮਦਰਾਸ ਮੈਂ ਦੱਖਣ
Thank you.